ਨਮਸਕਾਰ ਜੀ ਅੱਜ 3 ਮਈ ਨੂੰ ਮੈਂ ਤੁਹਾਨੂੰ ਕੋਵਿਡ ਦਾ ਅਪਡੇਟ ਦੇਣਾ ਚਾਹਨਾ ਅੱਜ ਬੜਾ ਅਨਫੋਰਚੂਨੇਟ ਡੇ ਹੈ ਜੀ ਕਿ ਸਾਡੇ 11 ਲੋਕ ਡੈਥ ਹੋ ਗਈ ਹੈ ਜੀ ਉਹਨਾਂ ਦੀ ਕਰੋਨਾ ਕਰਕੇ ਤੇ 347 ਸਾਡੇ ਪੋਜ਼ਿਟਿਵ ਆਏ ਨੇ 347 ਜਿਹੜੇ ਪੋਜ਼ਿਟਿਵ ਆਏ ਨੇ ਔਰੀ ਵਰੀ ਨਹੀਂ ਹੈ ਜੀ ਕਿਉਂਕਿ ਅਸੀਂ ਟੈਸਟ ਵਧਾਏ ਦੇਨੇ ਜਿੰਨੀ ਦੇਰ ਤੱਕ ਪਤਾ ਨਹੀਂ ਚਲੇਗਾ ਅਸੀਂ ਬਚਾ ਲਾਂਗੇ ਕੋਈ ਗੱਲ ਨਹੀਂ 420 ਪੋਜ਼ਿਟਿਵ ਆਜਨ ਮਗਰ ਟਾਈਮਲੀ ਪਤਾ ਚਲ ਜਾਏਗਾ ਤੇ ਅਸੀਂ ਲੋਕਾਂ ਨੂੰ ਬਚਾ ਸਕਾਂਗੇ 347 ਦੀ ਕੋਈ ਪ੍ਰੋਬਲਮ ਨਹੀਂ ਹੈ ਮਗਰ ਜਿਹੜੇ ਡੈਥਸ ਹੋਈਆਂ ਉਹ 11 ਹੈ ਜੀ ਮੈਂ ਤੁਹਾਨੂੰ ਪਿੱਛੇ ਦਿਨਾਂ ਤੋਂ ਇੱਕ ਫਿਗਰ ਬਰੀਫ ਕਰ ਰਿਹਾ ਜੀ ਕਿ ਸਾਡੇ ਕਿੰਨੇ ਲੋਕ ਆਕਸੀਜਨ ਚ ਨੇ ਪ੍ਰਾਈਵੇਟ ਹਸਪੀਟਲਾਂ 'ਚ ਕਿੰਨੇ ਲੋਕ ਆਕਸੀਜਨ ਤੇ ਨੇ ਸਿਵਲ ਹਸਪੀਟਲ ਚ ਤੇ ਕਿੰਨੇ ਲੋਕ ਆਈਸੀਯੂ ਚ ਨੇ ਪ੍ਰਾਈਵੇਟ ਹਸਪੀਟਲਾਂ ਚ ਕਿਉਂਕਿ ਜਿਹੜੀ ਇਹ ਡੈਥਸ ਹੈ ਜੀ ਇਹ ਇਹੀ ਫਿਗਰ ਡਿਸਾਈਡ ਕਰੇਗਾ ਕਿ ਸਾਡੇ ਸੱਜਣ ਕਿੰਨੇ ਸਾਨੂੰ ਛੱਡ ਕੇ ਜਾ ਸਕਦੇ ਨੇ ਮੈਂ ਸਾਰਿਆਂ ਨੂੰ ਬਾਰ-ਬਾਰ ਇੱਕੋ ਹੀ ਅਰਜ਼ ਕਰ ਰਿਹਾ ਜੀ ਇਹਨਾਂ ਨੂੰ ਪਲੀਜ਼ ਅਸੀਂ ਮਜ਼ਾਕ ਨਾ ਸਮਝੀਏ ਇਹ ਬਹੁਤ ਹੀ ਡਿਫਿਕਲਟ ਸਿਚੁਏਸ਼ਨ ਹੈ ਮੈਂ ਅੱਜ ਵੀ ਪ੍ਰਾਈਵੇਟ ਹਸਪੀਟਲ ਵਿੱਚ 204 ਲੋਕ ਸਾਡੇ ਜਿਹੜੇ ਆਕਸੀਜਨ ਲੈਵਲ 2 ਦੇ ਲੈਵਲ ਤੇ ਸ਼ਿਫਟਡ ਨੇ ਪ੍ਰਾਈਵੇਟ ਹਸਪੀਟਲਸ ਉਹਦੇ ਵਿੱਚ 164 ਲੋਕ ਸਾਡੇ ਆਕਸੀਜਨ ਤੇ ਨੇ ਇਹ ਵੀ 164 ਵਿੱਚੋਂ ਘੱਟੋ ਘੱਟ 40-45 ਲੋਕ ਜੀ ਹਾਈ ਫਲੋ ਆਕਸੀਜਨ ਤੇ ਨੇ ਤਾਂਕਿ ਉਹ ਆਪਣੀ ਸਟਰਗਲ ਕਰ ਰਹੇ ਨੇ ਕਿਸੇ ਤਰੀਕੇ ਨਾਲ ਕਰੋਨਾ ਤੋਂ ਬਾਹਰ ਨਿਕਲਣ ਦੀ ਸਾਡੇ ਗਵਰਨਮੈਂਟ ਹਸਪੀਟਲਸ 'ਚ ਵੀ ਅੱਜ 65 ਬੈਡਸ ਨੇ ਜਿਹਦੇ ਵਿੱਚ 55 ਲੋਕ ਐਡਮਿਟਡ ਨੇ ਔਰ ਇਹ ਵਿੱਚ 50 ਲੋਕ ਆਕਸੀਜਨ ਤੇ ਨੇ ਸਿਰਫ 5 ਲੋਕ ਆਕਸੀਜਨ ਤੇ ਨਹੀਂ ਹੈ ਜਿਹੜੇ 50 ਲੋਕ ਆਕਸੀਜਨ ਤੇ ਨੇ ਉਹਦੇ ਵਿੱਚੋਂ 40 ਲੋਕ ਹਾਈ ਫਲੋ ਆਕਸੀਜਨ ਤੇ ਨੇ 10 ਲੋਕ 8 ਲੀਟਰ ਤੱਕ ਦੀ ਆਕਸੀਜਨ ਤੇ ਨੇ ਜਿਹੜੇ 40 ਲੋਕ ਹਾਈ ਫਲੋ ਆਕਸੀਜਨ ਤੇ ਨੇ ਉਹ ਬੜੇ ਕ੍ਰਿਟੀਕਲ ਨੇ ਜੀ ਉਹਦੇ ਵਿੱਚ ਜਿਹੜੇ ਤੇ ਯੰਗ ਨੇ ਪਰਮਾਤਮਾ ਕਰੇ ਉਹਨਾਂ ਨੇ ਸਾਰੇ ਠੀਕ ਹੋ ਜਾਣ ਮਗਰ ਤਿੱਕਤ ਕੀ ਹੈ ਜਿਹੜੇ 70 ਇਅਰਸ ਜਾਂ 65 ਇਅਰਸ ਜਾਂ ਕੋਮੋਬਿਡਿਟੀ ਵਾਲੇ ਨੇ ਉਹ L3 ਲੈਵਲ 'ਚ ਜਾਣ ਦੇ ਬਹੁਤ ਜ਼ਿਆਦਾ ਚਾਂਸ ਨੇ ਮੈਂ ਤੁਹਾਡੇ ਨਾਲ ਇੱਕ ਹੋਰ ਡਾਟਾ ਸ਼ੇਅਰ ਕਰਨਾ ਚਾਹੁੰਦਾ ਜੀ ਅੱਜ ਵੀ L3 ਦਾ ਜਿਹੜਾ ਤੁਹਾਨੂੰ ਮੈਂ 3-4 ਦਿਨਾਂ ਤੋਂ ਸਾਰਿਆਂ ਨੂੰ ਬਰੀਫ ਕਰ ਰਿਹਾ ਹਾਂ ਸਾਡਾ ਫਿਗਰ ਜਿਹੜਾ L3 ਮਤਲਬ ICU ਪ੍ਰਾਈਵੇਟ ਹਸਪੀਟਲ ਸਾਰੇ ਪਾ ਕੇ ਅੱਜ ਵੀ 35 ਹੈ ਪਿਛਲੇ 4 ਦਿਨਾਂ ਤੋਂ 5 ਦਿਨਾਂ ਤੋਂ 35 35 ਚੱਲ ਰਿਹਾ ਜੀ ਇਸੇ ਕਰਕੇ ਸਾਡੀ ਅੱਜ 11 ਡੈਥਸ ਹੋ ਗਈਆਂ ਸਾਡੇ ਸੱਜਣ ਸਾਨੂੰ ਛੱਡ ਕੇ ਚਲੇ ਗਏ ਨੇ ਅੱਜ ਦਾ ਫਿਗਰ ਵੀ 35 ਹੈ ਕੱਲ ਵੀ 212 ਦਾ ਫਿਗਰ ਸੀ ਆਕਸੀਜਨ ਤੇ ਲੋਕਾਂ ਦਾ ਅੱਜ ਵੀ 214 ਫਿਗਰ ਹੈ ਜਿਹੜੇ ਲੋਕ ਆਕਸੀਜਨ ਤੇ ਨੇ ਜਿੰਨੀ ਦੇਰ ਤੱਕ ਇਹ ਜਿਹੜੇ ਆਕਸੀਜਨ ਤੇ ਲੋਕ ਜਾ ਰਹੇ ਨੇ ਇਹ ਫਿਗਰ ਨਹੀਂ ਘਟੇਗਾ ਸਾਹਿਬ ਜਿੰਨੀ ਦੇਰ ਤੱਕ ਇਹ ਜਿਹੜੇ ਆਈਸੀਯੂ ਚ ਲੋਕ 35 ਦਾ ਫਿਗਰ ਹੈ ਇਹ ਨਹੀਂ ਘਟੇਗਾ ਉਨੀ ਦੇਰ ਤੱਕ ਇਹ ਸਾਡਾ ਜਿਹੜਾ ਡੈਥ ਵਾਲਾ ਫਿਗਰ ਹੈ ਇਹ ਨਹੀਂ ਘਟ ਸਕਦਾ ਸਿਵਲ ਹਸਪੀਟਲ ਚ ਹਜੇ ਤੱਕ ਸਾਨੂੰ ਥੋੜੇ ਦਿਨ ਪਹਿਲੇ ਸਿਰਫ 60 ਤੇ 70 ਸਿਲੰਡਰ ਦੀ ਲੋਡ ਸੀ ਅੱਜ ਹੋ ਰੀਕワイਰਮੈਂਟ 125 ਤੋਂ 150 ਸਿਰਫ ਸਿਵਲ ਹਸਪੀਟਲ ਚਲੀ ਗਈ ਹੈ ਉਹਦਾ ਕਾਰਨ ਕੀ ਹੈ ਕਿ ਜਿਹੜੇ 55 ਲੋਗ ਐਡਮਿਟਡ ਨੇ ਉਹਦੇ ਚੋਂ 40 ਲੋਗ ਹਾਈ ਫਲੋ ਆਕਸੀਜਨ ਤੇ ਨੇ ਸਿਲੰਡਰ ਵੱਲੋਂ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਥੈਂਕਸ ਕਰਨਾ ਚਾਹਨਾ ਮੈਂ ਸਾਰਿਆਂ ਨੂੰ ਕਹਾਂਗਾ ਪਲੀਜ਼ ਸਿਲੰਡਰ ਵੱਲੋਂ ਪਰੇਸ਼ਾਨ ਨਾ ਹੋਣਾ ਅੱਜ ਵੀ ਮੈਂ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਸਾਰੀ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਥੈਂਕਸ ਕਰਨਾ ਅੱਜ ਵੀ ਅਸੀਂ ਟੋਟਲ ਕੱਲ ਦਾ ਤੇ ਅੱਜ ਦਾ ਪਾ ਕੇ ਅਸੀਂ 200 ਸਿਲੰਡਰ ਜਿਹੜੇ ਇੱਕ achi halat ਚ ਨੇ ਅਸੀਂ ਰਿਕਵਰ ਕੀਤੇ ਨੇ ਮੈਂ ਪੰਜਾਬ ਸਰਕਾਰ ਦਾ ਥੈਂਕਸ ਕਰਨਾ ਸਾਨੂੰ ਉਹਨਾਂ ਨੇ ਜੋ ਵੀ ਅੱਜ ਦੀ ਡੇਟ 'ਚ ਸਾਡੀ 550 540 ਸਿਲੰਡਰ ਦੀ ਰਿਕੁਆਇਰਮੈਂਟ ਰੋਜ਼ ਦੀ ਚੱਲ ਰਹੀ ਹੈ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਸਾਨੂੰ 100 ਸਿਲੰਡਰ ਭਰਵਾਂ ਦੀ ਅਪਰੂਵਲ ਦਿੱਤੀ ਹੈ ਤੇ ਜਿਹੜੇ ਹੁਣ ਸਾਡੇ ਕੋਲ ਸਿਲੰਡਰ ਰਿਕਵਰ ਹੋ ਰਹੇ ਨੇ ਅਸੀਂ ਹੋਰ ਵੀ ਕਰ ਰਹੇ ਆ ਅਸੀਂ ਕੰਟਿੰਜੈਂਸੀ ਬਣਾ ਰਹੇ ਆ ਤਾਂ ਕਿ ਸਾਡੇ ਕੋਲ ਹਮੇਸ਼ਾ 400 ਸਿਲੰਡਰ ਐਮਰਜੈਂਸੀ 'ਚ ਰਹਿਣ ਜਿਸ ਤਰ੍ਹਾਂ ਅੱਜ ਵੀ ਸਾਨੂੰ ਰਾਜਪੁਰ ਹਸਪੀਟਲ ਤੇ ਅਮਨਦੀਪ ਹਸਪੀਟਲ 'ਚ ਰਿਕੁਆਇਰਮੈਂਟ ਹੋਈ ਸਿਲੰਡਰਾਂ ਦੀ ਤੇ ਅਸੀਂ ਇਮੀਡੀਏਟਲੀ ਭੇਜ ਸਕਦੇ ਸਿਲੰਡਰਾਂ ਦੇ ਪੁਆਇੰਟ ਆਫ View ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਉਹਦੀ ਚਿੰਤਾ ਨਾ ਕਰਨਾ ਉਹ ਅਸੀਂ ਪ੍ਰੋਪਰਲੀ ਕੰਮ ਕਰ ਰਹੇ ਆ ਵਰੀ ਕੀ ਹੈ ਜੀ ਇਹ ਲੋਗ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਜਿਹੜੇ ਆਕਸੀਜਨ ਦੇ ਲੋਗ 214 ਆਜਦੇ ਨੇ L3 ਜਿਹੜਾ ਸਾਡਾ ਆਈ ਸੀ ਯੂ ਵਾਲੇ ਉਹ 35 ਤੇ ਨੇ ਜਿਸ ਕਰਕੇ ਅੱਜ 11 ਡੈਥਸ ਹੋਈਆਂ ਨੂੰ ਸੀ ਕਿਸ ਤਰ੍ਹਾਂ ਘਟਾਈਏ ਹੋ ਕੀ ਰਿਹਾ ਜੀ ਜਦੋਂ ਸੈਚੂਰੇਸ਼ਨ ਕਿਸੇ ਨੂੰ ਸਿੰਪਟਮ ਆਂਦਾ ਹੈ ਉਹ ਕੋਈ ਟੈਸਟ ਨਹੀਂ ਕਰਾ ਰਹੇ ਜੀ ਜੇ ਟੈਸਟ ਕਰਾ ਵੀ ਰਹੇ ਨੇ ਲੋਗ ਆਪਣੇ ਘਰ ਬੈਠ ਕੇ ਸੈਲਫ ਮੈਡੀਕੇਸ਼ਨ ਤੇ ਕਰ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਸਪੈਸ਼ਲੀ ਬੱਚਿਆਂ ਨੂੰ ਜਿਹੜੇ ਆਪਣੇ ਪੇਰੈਂਟਸ ਦਾ ਧਿਆਨ ਰੱਖ ਰਹੇ ਨੇ ਮੈਂ ਸਾਰੇ ਯੂਥ ਨੂੰ ਕਹਿੰਨਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਆ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਕੋਈ ਬੁਖਾਰ ਹੁੰਦਾ ਇਨਕਲੂਡਿੰਗ ਤੁਹਾਨੂੰ ਵੀ ਪਲੀਜ਼ 셀ਫ ਮੈਡੀਕੇਸ਼ਨ ਤੇ ਨਾ ਆਓ ਸਿਵਲ ਜਿਹੜੇ ਸਿਵਲ ਹਸਪੀਟਲ ਚ ਜਾ ਸਕਦੇ ਨੇ ਸਿਵਲ ਹਸਪੀਟਲ ਦੇ ਡਾਕਟਰਾਂ ਕੋਲ ਜਾਓ ਵੀ ਹਸਪੀਟਲ ਕੋਵਿਡ ਪੇਸ਼ੈਂਟਸ ਟਰੀਟ ਕਰ ਰਹੇ ਨੇ ਉਹ ਵੀ ਪ੍ਰਾਈਵੇਟ ਹਸਪੀਟਲ ਸੇ ਜਾ ਕੇ ਉਹਨਾਂ ਨੂੰ ਡਾਕਟਰਸ ਨੂੰ ਦਿਖਾਓ ਪਹਿਲੇ 6 ਦਿਨ ਜੇ ਅਸੀਂ ਸਿੰਪਟਮ ਫੜ ਲਿਆ ਉਹਦੇ ਵਿੱਚ ਜੇ ਤੇ ਤੁਹਾਨੂੰ ਨਹੀਂ ਪਤਾ ਚੱਲਣਾ ਜੀ ਜਿੰਨੀ ਦੇਰ ਤੱਕ 80 ਦੀ ਸੈਚੂਰੇਸ਼ਨ ਨਹੀਂ ਪਹੁੰਚੀ ਉਨੀ ਦੇਰ ਤੱਕ ਸਾਹ ਨਹੀਂ ਚੜਨਾ ਤੇ ਇੱਕ ਵਾਰੀ 80 ਦੀ ਸੈਚੂਰੇਸ਼ਨ ਪਹੁੰਚ ਗਈ ਉਹਨੂੰ ਫਿਰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੈ ਜੀ ਤੇ ਅਸੀਂ ਹੈ 80 ਦੀ ਸੈਚੂਰੇਸ਼ਨ ਨਾ ਪਹੁੰਚਣ ਦੀ ਉਹਦਾ ਇੱਕੋ ਹੀ ਹੈ कि ਜਿਦੋਂ ਹੀ ਕੋਈ ਸਿੰਪਟਮ ਆਂਦਾ ਹੈ ਪਲੀਜ਼ ਕੋਈ ਕੈਮਿਸਟ ਕੋ ਭਰਾ ਕੋ ਲੋ ਜਾਂ ਆਪੇ ਮੈਡੀਕੇਸ਼ਨ ਨਾ ਕਰੋ ਸਿਵਲ ਹਸਪੀਟਲ ਜਾਓ ਪ੍ਰਾਈਵੇਟ ਹਸਪੀਟਲ ਜਾਓ ਉਹ ਤੁਹਾਡੇ ਬੇਸਿਕ ਟੈਸਟ ਕਰਨਗੇ ਉਹ ਤੁਹਾਡੇ CRP ਲੈਵਲ ਚੈੱਕ ਕਰਨਗੇ ਉਹ ਤੁਹਾਡੇ ਇਨਫੈਕਸ਼ਨ ਲੈਵਲ ਚੈੱਕ ਕਰਨਗੇ ਉਸ ਹਿਸਾਬ ਨਾਲ ਇੱਕ ਸਟੀਰੋਇਡ ਹੁੰਦਾ ਜੀ ਉਹ ਦੇਣਾ ਹੁੰਦਾ ਹੈ ਸਟੀਰੋਇਡ ਹੀ ਹੈ ਜਿਹੜਾ ਇਸ ਬਿਮਾਰੀ ਨੂੰ ਇਸ ਵਾਇਰਸ ਨੂੰ ਲੰਗਸ ਤੋਂ ਜਾਂਤੇ ਰੋਕ ਸਕਦਾ ਉਹ ਵੀ ਸਿਰਫ ਇਨੀਸ਼ੀਅਲ ਸਟੇਜ ਤੇ ਇੱਕ ਵਾਰੀ 80 ਦੀ ਸੈਚੂਰੇਸ਼ਨ ਤੇ ਚਲਾ ਗਿਆ ਫਿਰ ਇਹਦੀ ਕੋਈ ਵੈਕਸੀਨੇਸ਼ਨ ਨਹੀਂ ਹੈ ਜੀ ਫਿਰ ਬਚਾਣਾ ਫਿਰ ਯੰਗ ਲੋਕ ਤੇ ਨਿਕਲ ਆਉਂਦੇ ਨੇ ਬਜ਼ੁਰਗ ਲੋਕ ਨਹੀਂ ਨਿਕਲ ਪਾਉਂਦੇ ਤੇ ਪਲੀਜ਼ ਅਮਰ ਜਦੋਂ ਵੀ ਤੁਹਾਨੂੰ ਸਿੰਪਟਮ ਹੋਏ ਬੁਖਾਰ ਹੋਏ ਕੁਝ ਵੀ ਹੋਏ ਸੈਲਫ ਮੈਡੀਕੇਸ਼ਨ ਨਾ ਕਰੋ ਇਮੀਡੀਏਟਲੀ ਡਾਕਟਰ ਨੂੰ ਦਿਖਾਓ ਡਾਕਟਰ ਤੁਹਾਡੇ ਟੈਸਟ ਕਰਨਗੇ ਜੇ ਤੁਹਾਡਾ ਸੀਆਰਪੀ ਲੈਵਲ ਜਾਂ ਇਨਫੈਕਸ਼ਨ ਲੈਵਲ ਜ਼ਿਆਦਾ ਨਿਕਲਦਾ ਹੈ ਤੇ ਉਹ ਫਸਟ 6 ਡੇ ਹੀ ਤੁਹਾਨੂੰ ਸਟੀਰੋਇਡ ਦੇਣਗੇ ਜੇ ਫਰਸਟ 6 ਡੇ ਦੇ ਅੰਦਰ ਇਨਫੈਕਸ਼ਨ ਜ਼ਿਆਦਾ ਹੈ ਤੇ ਉਸ ਟਾਈਮ ਜੇ ਦਵਾਈ ਪ੍ਰੋਪਰ ਲਈ ਜਾਏ ਤਾਂ ਹੀ ਅਸੀਂ ਆਕਸੀਜਨ ਤੋਂ ਜਾਣ ਤੋਂ ਬਚ ਸਕਨੇ ਆ ਤੇ ਅਸੀਂ ਨਹੀਂ ਤੇ ਨਹੀਂ ਬਚ ਸਕਦੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਪਲੀਜ਼ ਸਿੰਪਟਮ ਆਂਦੇ ਹੀ ਅਸੀਂ ਸਾਰੇ ਡਾਕਟਰਸ ਅਵੇਲੇਬਲ ਆ ਸਿਵਲ ਹਸਪੀਟਲ ਦੇ ਪ੍ਰਾਈਵੇਟ ਹਸਪੀਟਲ ਦੇ एवरीवन ਇਜ਼ ਵਰਕਿੰਗ ਰਾਉਂਡ ਅਰਾਊਂਡ ਦਾ ਕਲੌਕ एवरीवन ਇਜ਼ ਵਰਕਿੰਗ 24/7 ਵੀ ਆਲ ਆਰ ਅਵੇਲੇਬਲ ਅਸੀਂ ਸਾਰੇ ਅਵੇਲੇਬਲ ਆ ਕਾਈਂਡਲੀ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੈਲਫ ਮੈਡੀਕੇਸ਼ਨ ਨਾ ਕਰੋ ਹੁਣ ਮੈਂ ਸਾਰਿਆਂ ਨੂੰ ਹੀ ਕਰਜ਼ ਕਰਾਂਗਾ ਮੇਰੇ ਵਪਾਰੀ ਭਰਾਵਾਂ ਨੂੰ ਮੈਨੂੰ ਪਤਾ ਹੈ ਕਿ ਬੜੇ ਅਸੀਂ ਕਸ਼ਟ ਵਿੱਚ ਨਿਕਲ ਰਹੇ ਹਾਂ ਇਹ ਚੇਨ ਤੋੜਦੇ ਸਿਰਫ ਮਹੀਨਾ ਲੱਗਣਾ ਜੀ ਮੈਂ ਜਲਦੀ ਪ੍ਰੇਅ ਕਰ ਰਿਹਾ ਕਿ ਸੈਂਟਰਲ ਗਵਰਨਮੈਂਟ ਸਾਨੂੰ ਵੈਕਸੀਨੇਸ਼ਨ ਦੇ ਤੇ ਅਸੀਂ ਆਪਣੇ ਯੂਥ ਨੂੰ ਵੀ ਲਗਾਈਏ ਪਠਾਨਕੋਟ ਪਹਿਲਾ ਸਿਟੀ ਆਇਆ ਜੀ ਪਰ ਪੰਜਾਬ ਚ ਵੈਕਸੀਨੇਸ਼ਨ ਚ ਤਾਂ ਹੀ ਅਸੀਂ ਆਪਣੀ ਸੇਵਿਅਰਿਟੀ ਨੂੰ ਬਚਾ ਸਕਿਆਂ ਲੋਕਾਂ ਨੂੰ ਅਸੀਂ ਬਚਾ ਸਕਿਆਂ ਜੀ ਯੂਥ ਦੀ ਸਾਨੂੰ ਵੈਕਸੀਨੇਸ਼ਨ ਆਂਦੀ ਆ ਸੀ ਉਸੇ ਤਰੀਕੇ ਨਾਲ ਕੈਂਪਸ ਲਗਾ ਕੇ ਲਗਾਤਾਰ ਵੈਕਸੀਨੇਸ਼ਨ ਪਿੱਛੋਂ ਆਣੀ ਨਾ ਰੁਕੇ ਅਸੀਂ ਕੈਂਪਸ ਲਗਾ ਕੇ ਆਪਣੇ ਸਾਰੇ ਯੂਥ ਨੂੰ ਵੈਕਸੀਨੇਟ ਕਰਾ ਦਾਂਗੇ ਜੀ ਤੇ ਮੇਰੀ ਸਾਰੇ ਵਪਾਰੀ ਭਰਾਵਾਂ ਨੂੰ ਮੈਨੂੰ ਪਤਾ ਹੈ ਕਸ਼ਟ ਦਾ ਟਾਈਮ ਹੈ ਜੀ ਮਗਰ ਇਹ ਮਹੀਨਾ ਇਹ 15 20 ਦਿਨ ਇਹ ਚੇਨ ਤੋੜਨੀ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਪਲੀਜ਼ ਲੌਕਡਾਊਨ ਨੂੰ ਫੋਲੋ ਕਰੋ ਪਲੀਜ਼ ਕਰੋ ਬਾਹਰ ਉਦੋਂ ਨਿਕਲੋ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਪਲੀਜ਼ ਸੋਸ਼ਲ ਡਿਸਟੈਂਸਮੈਂਟ ਉਹਨਾਂ ਰਿਸਪੈਕਟ ਕਰੋ ਪਲੀਜ਼ ਆਪਣੇ ਹੱਥ ਧੋਂਦੇ ਰਹੋ ਇਹਨੂੰ ਪਲੀਜ਼ ਮਜ਼ਾਕ ਨਾ ਸਮਝੋ ਅੱਜ ਵੀ ਤੁਹਾਨੂੰ ਮੈਂ ਦੱਸ ਰਿਹਾ ਜੀ 214 ਲੋਕ ਇੱਕ 35 ਲੋਕ ਇੱਕ ਜੋ ਸਾਡੇ ਰਿਕਾਰਡ ਚ ਨੇ ਜੋ ਹੌਸਪਿਟਲਾਈਜ਼ ਨੇ ਜੋ ਆਕਸੀਜਨ ਤੇ ਨੇ ਇਹ ਸਾਰੇ ਰਿਸਕ ਤੇ ਨੇ ਜੀ ਐ ਅਸੀਂ ਸਾਰੇ ਲੋਕ ਅਰਦਾਸ ਕਰੀਏ ਕਿ ਇਹ ਜਲਦੀ ਠੀਕ ਹੋਣ ਇਹ ਆਪਣੇ ਘਰ ਵਾਪਸ ਜਾਣ ਤੇ ਮੇਰੀ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ 15-20 ਦਿਨ ਮੈਕਸਿਮਮ 1 ਮਹੀਨਾ ਜੀ ਇਹ ਚੇਨ ਨੂੰ ਬ੍ਰੇਕ ਕਰੀਏ ਅਸੀਂ ਆਪਣੇ ਕੰਮ ਵੀ ਕਰੀਏ ਬਾਹਰ ਉਦੋਂ ਹੀ ਨਿਕਲੀਏ ਜਦੋਂ ਬਹੁਤ ਜ਼ਰੂਰੀ ਹੈ ਕੋਈ ਫੋਨ ਤੇ ਕੰਮ ਹੋ ਸਕਦਾ ਪਲੀਜ਼ ਫੋਨ ਤੇ ਕਰ ਲੋ ਬਾਹਰ ਨਾ ਨਿਕਲੋ ਆਪਣੇ ਬਜ਼ੁਰਗਾਂ ਨੂੰ ਵਜਾ ਕੇ ਰੱਖੋ ਗਾਈਡਲਾਈਨਸ ਨੂੰ ਫੋਲੋ ਕਰੋ ਹੱਥ ਧੋਂਦੇ ਰਹੋ ਮਾਸਕ ਪਾ ਕੇ ਰੱਖੋ ਪਲੀਜ਼ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਐਸਐਸਪੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਡੀਐਸਪੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਯੂਥ ਕੋਈ ਵੀ ਬਿਨਾ 마ਸਕ ਤੋਂ ਮਿਲਦਾ ਤੇ ਉਹਨਾਂ ਨੂੰ ਸਮਝਾਨ ਕਿ ਆਪਣਾ 마ਸਕ ਜ਼ਰੂਰ ਪਾ ਕੇ ਰੱਖਣ ਕੋਈ ਵੀ ਲੋਕ ਮਿਲਦੇ ਨੇ ਉਹਨਾਂ ਨੂੰ ਸਮਝਾਨ ਕਿ ਆਪਣਾ 마ਸਕ ਜ਼ਰੂਰ ਪਾ ਕੇ ਰੱਖਣ ਅੱਜ ਦਾ ਡਾਟਾ ਸੀਜੀ ਹੈ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਪਲੀਜ਼ ਤੁਹਾਡੀ ਸਪੋਰਟ ਤੇ ਬlesing ਦੇ ਬਿਨਾ ਨਹੀਂ ਹੋਪਾਣਾ ਬਹੁਤ ਵੱਡੀ ਗੱਲ ਹੈ ਜੀ 11 ਲੋਕ ਸਾਡੇ ਡਿਸਟ੍ਰਿਕਟ ਪਠਾਨਕੋਟ ਚੋਂ ਇੱਕ ਦਿਨ ਚ ਚਲੇ ਜਾਣਾ ਤੇ ਸਾਡੇ ਤਕਰੀਬਨ 214 ਲੋਕ ਲੈਵਲ 2 ਚ ਹੋਣਾ ਤੇ 35 ਲੋਕ ਲੈਵਲ 3 ਚ ਐਡਮਿਟ ਹੋਣਾ ਇਹ ਬਹੁਤ ਹੀ ਅਨਫੋਰਚੂਨੇਟ ਕੰਮ ਹੈ ਜੀ ਅਸੀਂ ਆਓ ਮਿਲ ਕੇ ਜੋ ਤੁਹਾਨੂੰ ਮੈਂ ਆਪੇ ਸਲਾਹ ਲੈ ਕੇ ਜੋ ਅਸੀਂ ਰੋਜ਼ ਦੇਖ ਰਹੇ ਹਾਂ ਗਾਈਡ ਕੀਤਾ ਹੈ ਪਲੀਜ਼ ਇਹਨੂੰ ਮੰਨੋ ਪਲੀਜ਼ ਇਸ ਹਿਸਾਬ ਨਾਲ ਆਪਣੇ ਟੈਸਟ ਕਰਾਓ ਡਾਕਟਰ ਨੂੰ ਕੰਸਲਟ ਕਰੋ ਤੁਹਾਡਾ ਮੈਨੂੰ ਸੁਣਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਮੈਂ ਰਿਕੁਐਸਟ ਕਰਾਂਗਾ ਕਿ ਆ ਪਲੀਜ਼ ਵੀਡੀਓ ਮੈਕਸਿਮਮ ਫਾਰਵਰਡ ਕਰ ਦਿਓ ਤਾਂ ਕਿ ਅਸੀਂ ਇਹਨੂੰ ਫੋਲੋ ਕਰੀਏ ਤੇ ਫੋਲੋ ਕਰਕੇ ਅਸੀਂ ਆਪਣੇ ਸੱਜਣਾ ਨੂੰ ਆਪਣੇ ਲੋਕਾਂ ਨੂੰ ਬਚਾ ਸਕੀਏ ਤੇ ਜਲਦੀ ਹੀ ਇਹ ਜਿਹੜੀ ਮਹਾਮਾਰੀ ਚੱਲ ਰਹੀ ਹੈ ਅਰ ਤੋਂ ਅਸੀਂ ਬਾਹਰ ਨਿਕਲ ਸਕੀਏ ਜੈ ਹਿੰਦ